ਬਿਸਮਿਲ੍ਲਾਹਿਰ੍ਰਹ੍ਮਾਨਿਰ੍ਰਹੀਮ ਅਸਲਾਮ ਅਲੈਕੁਮ ਅਹਿਮਦ ਸਾਹਿਬ ਸਾਹਿਬ ਅਮੀਦ ਕਰਨਾ ਤੁਸੀਂ ਠੀਕ ਠਾਕ ਹੋਵੋਗੇ ਭਾਈ। ਆ ਤੁਸੀਂ ਲਾਸਟ ਵਲੋਗ 'ਚ ਵੇਖਿਆ ਹੋਏਗਾ ਵੀ ਸਾਡੀ ਰਾਣੀ ਜਿਹੜਾ ਨਾ ਹਜੇ ਵੀ ਵਰਕਸ਼ਾਪ 'ਚ ਖਲੋਤੀ ਹੈ ਵਿਚਾਰੀ, ਹਜੇ ਤੱਕ ਨਹੀਂ ਠੀਕ ਹੋਈ। ਉਹਦੀ ਕੋਈ ਕਿੱਟ ਹੈ ਉਹ ਚੇਂਜ ਕਰਨੀ ਹੈ ਅਤੇ ਉਹ ਜਾਣਾ ਹੁਣ ਸਾਨੂੰ ਐਂ ਨਹੀਂ ਪਤਾ ਲਾਹੌਰੋਂ ਲੱਭਣੀ ਜਾਂ ਕਿੱਥੋਂ ਲੱਭਣੀ, ਉਹਦੇ ਵਾਸਤੇ ਸਾਨੂੰ ਫਿਰਨਾ ਤੁਰਨਾ ਪੈਣਾ। ਅਤੇ ਇਸ ਵਾਸਤੇ ਜਾਣਾ ਅਸੀਂ ਚਾਚੂ ਦਲਾਵਰ ਹੁਣ ਨੂੰ ਸੱਦ ਲਿਆ। ਚੱਲ ਦਲਾਵਰ ਵਾਲੀ ਰਾਣੀ ਆ ਗਈ, ਚੱਲ ਦਲਾਵਰ ਵਾਲੀ ਕਾਰ ਆ ਗਈ ਹੈ ਅਤੇ ਹੁਣ ਜਾਣਾ ਚੱਲ ਦਲਾਵਰ। ਅੱਛਾ ਤੇਰਾ ਟਾਰਜ਼ਨ ਅੱਛਾ ਅਤੇ ਭਾਈ ਆ ਇਹ ਕਾਰ ਜਾਣਾ ਰਾਤੋਂ ਰਾਤ ਅਸੀਂ ਚਾਚੂ ਨੂੰ ਕਾਰ ਕੇ ਚਾਚੂ ਨੂੰ ਲੈ ਕੇ ਆ ਗਏ ਨੇ ਅਤੇ ਅੱਜ ਲਾਹੌਰ ਜਾਣਾ ਪਿਆ, ਜਿੱਥੇ ਵੀ ਜਾਣਾ ਪਿਆ ਅਸੀਂ ਇਸ ਹੁੰਡਾ ਸਵਿਕ 'ਤੇ ਜਾਵਾਂਗੇ ਆਪਣੀ ਰਾਣੀ ਦੀ ਜਿਹੜੀ ਕਿੱਟ ਲੱਭਣ ਵਾਸਤੇ। ਅਤੇ ਆ ਜਿਹੜੀ ਹੁੰਡਾ ਸਵਿਕ ਹੈ ਨਾ ਇਹ ਚਾਚੂ ਉਹਨੇ ਮੋਡੀਫਾਈ ਵੀ ਕਰਾਈ ਹੈ ਥੋੜ੍ਹੀ ਜਿਹੀ ਮਾਸ਼ਾਅੱਲਾ। ਇਹ ਚੱਕ ਕਰੋ 17 ਮਾਡਲ 17 ਮਾਡਲ ਦੀਆਂ ਲਾਈਟਾਂ ਹੋਰ ਨੇ ਸਾਡੇ ਵਾਲੀਆਂ, ਪਰ ਚਾਚੂ ਨੇ 1,00,000 ਰੁਪਇਆ ਖਰਚਾ ਕਰਕੇ ਤਾਂ ਚੱਕਰੋ ਇਹ ਵਾਲੀ ਲਾਈਟਾਂ ਲਵਾਈਆਂ ਨੇ। 1,50,000 1,00,000 ਰੁਪਏ ਚੋਰਾਂ ਨੇ ਜਿਹੜਾ ਲਾਈਟਾਂ ਜਿਹੜਾ ਚੇਂਜ ਕਰਵਾਈਆਂ ਨੇ। ਉਸ ਤੋਂ ਇਲਾਵਾ ਜਿਹੜਾ ਨਾ ਇਹਦਾ ਸਾਹਮਣੇ ਗ੍ਰਿਲ, ਇਹ ਥੱਲੇ ਜਿਹੜਾ ਬੰਪਰ, ਇਹਦੇ ਚੀਜ਼ਾਂ ਜਿਹੜੀ ਲਾਈਟਾਂ ਲੱਗੀਆਂ ਨੇ, ਮਤਲਬ ਟੋਟਲ 1,50,000 ਰੁਪਇਆ ਖਰਚਾ ਆਇਆ ਇਹਦੀ ਫਰੰਟ ਲੁੱਕ ਚੇਂਜ ਕਰਨ 'ਚ, ਇਹ ਮੋਡੀਫਾਈ ਹੋਈ ਹੈ। ਉਸ ਤੋਂ ਇਲਾਵਾ ਜਿਹੜਾ ਨਾ ਚਾਚੂ ਦਲਾਵਰ ਹੋਰਾਂ ਨੇ ਆਪਣੀ ਗੱਡੀ ਦੀਆਂ ਸੀਟਾਂ ਨੂੰ ਲੈਮੀਨੇਸ਼ਨ ਵੀ ਕਰਾਈ ਹੈ, ਚੈੱਕ ਕਰੋ ਮਾਸ਼ਾਅੱਲਾ। ਐਵੇਂ ਲੱਗ ਰਿਹਾ ਜਿਵੇਂ ਨਵੀਂ ਗੱਡੀ ਹੈ 0 ਮੀਟਰ। ਨਾਲ ਇੱਕ ਸੀਟ ਦੇ ਨਿੱਕੀ ਜਿਹੀ ਸਰਾਣੀ ਵੀ ਬੰਨੀ ਭਾਈ ਆ, ਇਹ ਫੁੱਲ ਮੋਡੀਫਾਈ ਕਰਾਈ ਨੇ, ਦੋ ਸਰਾਣੀਆਂ ਨੇ ਮਾਸ਼ਾਅੱਲਾ। ਇਹ ਚੈੱਕ ਕਰੋ ਜ਼ਰਾ ਤੁਸੀਂ, ਇਹ ਚੈੱਕ ਕਰੋ ਪਰ ਇਹਦੇ ਜਰਾ ਰਿਮ ਦੂਸਰੇ ਚੇਂਜ ਕਰਵਾਉਣੇ ਜਾਂ ਉਸ ਤੋਂ ਇਲਾਵਾ ਨੀਵੀਂ ਕਰਾਉਣਾ ਜਾਂ ਅਗਲੇ ਪਿਛਲੇ ਬੰਪਰ ਚੇਂਜ ਕਰਨੇ, ਉਹ ਕਰਕੇ ਅਸੀਂ ਆਪਣੇ ਪਿੰਡ ਨਹੀਂ ਵਾਰ ਸਕਦੇ ਕਿਉਂਕਿ ਪਿੰਡ 'ਚ ਖੱਡੇ ਭਰੇ ਨੇ, ਉਸ ਤੋਂ ਇਲਾਵਾ ਜਿਹੜਾ ਜੰਪ ਭਰੇ ਨੇ ਤੇ ਰਾਹ 'ਚ ਰਹਿ ਜਾਣੇ ਨੇ, ਘਰ ਨਹੀਂ ਭਰਨੀ ਇੱਕ ਵਾਰੀ ਵੀ ਉਹ ਵਾਲੇ ਬੰਪਰ ਲਵਾ ਕੇ। ਚਲੀਏ ਫਿਰ ਹੁਣ। ਚਲੋ ਜੀ ਬਿਸਮਿਲ੍ਲਾਹਿਰ੍ਰਹ੍ਮਾਨਿਰ੍ਰਹੀਮ ਅਸਲਾਮ ਅਲੈਕੁਮ। ਵਾਲੇਕੁਮ ਸਲਾਮ, ਕੀ ਹਾਲ ਭਾਈਆ? ਠੀਕ ਠਾਕ। ਅੱਗੇ ਨਾ ਫਰਕ ਹੈ? ਬਹੁਤ ਜ਼ਿਆਦਾ ਫਰਕ ਹੈ, ਥੋੜਾ ਨਹੀਂ ਬਹੁਤ ਜ਼ਿਆਦਾ ਫਰਕ। ਅੱਛਾ ਅੱਛਾ, ਬੁਰੀ ਖੁਸ਼ ਹੋ ਗਏ ਨੀ ਬਈ? ਚਲੋ ਆਪਣੀ, ਚਲੋ ਭਾਵੇਂ ਉੱਥੇ ਖਲੋਤੀ ਹੈ ਗੱਡੀ 'ਚ ਤਾਂ ਬੈਠੇ ਨਾ, ਅੱਬੋ ਨਾ ਚਲਾਉਣ ਵਾਸਤੇ ਵੀ ਦਿੱਤੀ ਬਾਬਾ ਦਿਨਾਂ ਬਾਅਦ ਮੁੜਕੋ ਮੁੜਕੀ ਹੋ ਜਾਂਦੇ ਹਾਂ ਕੈਸ਼ ਡੱਬੇ 'ਚ। ਆਹੋ ਅੱਜ ਤਾਂ ਏਸੀ ਵਾਲੀ ਗੱਡੀ ਆ ਗਈ ਹਾਏ ਭਾਈ। ਆ ਇੱਕ ਆ ਸਸਤੀ ਜੀ ਮੋਡੀਫਾਈ ਚਾਚੂ ਨੇ ਗੱਡੀ ਦੇ ਅੰਦਰ ਵੀ ਕਰਵਾਈ ਜੇ, ਇਹ ਵੀ ਲੁੱਕ ਚੈੱਕ ਕਰ, ਸਸਤੀ ਜੀ ਮੋਡੀਫਾਈ ਦਾ ਵੇਖ, ਇਹਨੂੰ ਕਹਿੰਦੇ ਸਾਦਾ ਮੋਡੀਫਾਈ। ਨਹੀਂ ਮਾਸ਼ਾਅੱਲਾ ਲੁੱਕ ਤਾਂ ਪਿਆਰੀ ਹੈ ਜੀ। ਹੁਣ ਪਹਿਲਾਂ ਵਰਕਸ਼ਾਪ ਜਾਣਾ? ਹਾਂਜੀ। ਤੇ ਫਿਰ ਕਿੱਟ ਲੱਭਣ ਜਾਣਾ? ਫਿਰ ਕਿੱਟ ਲੱਭਣੀ। ਆਹ ਵੇਖੋ ਥੱਲੇ ਲੱਗਣ ਦੀ ਭਾਈ, ਆ ਇੱਥੇ ਇਹ ਗੱਡੀ ਥੱਲੇ ਲੱਗਣ ਡਈ ਹੈ ਤੇ ਜੇ ਇੱਥੇ ਬੰਪਰ ਅਸੀਂ ਚੇਂਜ ਕਰਵਾ ਲਏ ਤੇ ਉਹ ਤਾਂ ਫਿਰ ਇੱਥੇ ਰਹਿ ਜਾਣੇ ਨੇ, ਘਰ ਤੇ ਫਿਰ ਗੱਡੀ 'ਚ ਆਉਣੀ, ਬੰਪਰ ਸ਼ੰਪਰ ਇੱਥੇ ਰਹਿ ਜਾਣੇ ਨੇ। ਇੰਝ ਨਹੀਂ ਗੱਲ? ਇੰਝ ਗੱਲ, ਇਸੇ ਲਈ ਤਾਂ ਅਸੀਂ ਮੋਡੀਫਾਈ ਨਹੀਂ ਕਰਵਾਉਂਦੇ। ਨਹੀਂ ਤੇ ਹੁਣ ਤੱਕ ਤੇ ਅਸੀਂ ਉਹ ਲੈਂਬਰਗਿਨੀ ਲੈਣੀ ਸੀ, ਉਹ ਵੀ ਬੜੀ ਨੀਵੀਂ ਹੁੰਦੀ ਹੈ ਤਾਂ ਹੀ ਨਹੀਂ ਲਈ। ਕੀ ਰੋਡ ਰੋਸ ਉਹ ਆ ਯਾਰ? ਉਹ ਨਹੀਂ, ਉਹ ਦੀ ਉੱਚੀ ਹੁੰਦੀ ਹੈ। ਉੱਚੀ ਹੁੰਦੀ? ਆ ਉਹ ਦੋ ਦੋ ਮਹਿੰਗੀ ਤੇ ਉਹ ਹੁੰਦੀ ਯਾਰ, ਮਹਿੰਗੀ ਸਸਤੀ ਦੀ ਗੱਲ, ਉੱਚੀ ਨੀਵੀਂ ਦੀ ਗੱਲ, ਉੱਚੀ ਨੀਵੀਂ ਦੀ ਗੱਲ ਹੈ, ਮਹਿੰਗੀ ਉਹ ਫਿਰ ਉਹ ਯਾਰ ਤੇ 14 ਦੀ ਲੰਮੀ ਪੈ ਕੇ ਤੋੜਦੀ, ਉਹ ਲੈ ਲੈਣੀ। ਉਹ ਲੈਣੀ ਸੀ? ਆਹੋ, ਪਰ ਲਈ ਨਹੀਂ, ਲਈ ਰੋਡ ਪੈੜਾ ਹੈ, ਰੋਡ ਪੈੜਾ ਹੈ ਤਾਂ ਨਹੀਂ ਲਈ, ਨਹੀਂ ਤੇ ਗੱਡੀਆਂ ਦੀ ਤੇ ਕਮੀ ਹੈ ਨਹੀਂ, ਗੱਡੀਆਂ ਬਥੇਰੀਆਂ ਲੋਕਾਂ ਦੇ ਕੋਲ ਸ਼ੋਰੂਮ ਵਿੱਚ। ਭਾਈ ਆ ਚਾਚੂ ਹੋਣਾਂ ਲਈ ਗੱਡੀ ਆਈ ਤੇ ਹੈ ਵੇਨੇ ਦੂਰੋਂ ਸਾਡੇ ਵਾਸਤੇ ਭਾਈ, ਅਸੀਂ ਜਿਹੜਾ ਚਾਚੂ ਹੋਣਾਂ ਦੇ ਸ਼ੁਕਰ ਗੁਜ਼ਾਰ ਹਾਂ ਬਹੁਤੇ ਬਹੁਤੇ ਮਾਸ਼ਾਅੱਲਾ। ਬਸ ਜਿਹੜਾ ਨਾ ਬਾਕੀ ਉਂਝ ਹੈ ਚਵਲ ਜੀ ਗੱਡੀ, ਸਹੀ ਗੱਲ, ਅੱਧਾ ਘੰਟਾ ਹੋ ਗਿਆ ਵਿੱਚ ਬੈਠਿਆ ਤੇ ਮਾਸਾ ਕੂਲਿੰਗ ਨਹੀਂ, ਉਹ ਗਰਮੀ 'ਚ ਮਰ ਚੱਲਿਆ, ਸਾਰੇ ਬਟਨ ਖੋਲੇ ਨੇ ਗੱਡੀ ਲਈ ਫਿਰਦੇ। ਬੜੀ ਕੂਲਿੰਗ ਹੀ ਹੋਏ, ਫ੍ਰਿਜ ਲਵਾਇਆ, ਕੰਪਰੈਸਰ ਕੁਛ ਲਾ ਕੇ
ਉਹ ਬਟਨ ਮੇਲ ਨਾ ਕਿਤੇ ਮੈਨੂੰ ਠੰਡ ਕੁਲਫੀ ਲੈ ਜਾਵੇ ਓਏ ਮੱਠਾ ਕਰਨਾ ਏ ਸੀ ਮੈਂ ਅੱਛਾ ਮੇਸੇ ਅੱਠਾ ਮੇਸੇ ਮੇਸੇ ਮਿੱਠੀ ਸੀ ਕਰੋ ਤੁਸੀਂ ਪਹਿਲਾਂ ਦੱਸਿਆ ਕਰੋ ਲੈਵੇਂ ਦੀ ਗੱਲਾਂ ਤੈਨੂੰ ਪਤਾ ਹੀ ਨਹੀਂ ਆਪਣੇ ਆਪ ਕਿਹੜੇ ਕਸੂਰ ਤੇ ਆ ਰਹੇ ਮੌਕੇ ਦੀ ਮਨਾਸਬਤ ਨਾਲ ਗੱਲ ਕਰਿਆ ਅੱਛਾ ਜੋ ਆਪਣੀ ਸਹੀ ਹੋਏਗੀ ਫੇਰ ਗੱਲ ਕਰਾਂਗੇ ਫੇਰ ਕੋ ਅਗੋਂ ਵੇਖਾਂਗੇ ਹਾਂ ਫਿਲਹਾਲ ਚੱਲੀਏ ਜਰਾ ਭਾਈ ਆ ਸ਼ੋਰੂਮ ਤੇ ਅਸੀਂ ਉੱਪਰ ਗਏ ਜੇ ਅਸਲਾਮ ਅਲੈਕੁਮ ਕੀ ਹਾਲ ਚਾਲ ਠੀਕ ਹੋ ਅੱਲਾ ਪਾਕ ਤਾਂ ਜਰਾ ਹੋਰ ਕੀ ਹਾਲ ਹੈ ਕਿੱਥੇ ਗਏ ਉਸਤਾਦ ਦਰਿਆਬ ਭਾਈ ਆ ਅਸੀਂ ਜਰਾ ਵਰਕਸ਼ਾਪ 'ਚ ਆਏ ਹਾਂ ਅਤੇ ਵਰਕਸ਼ਾਪ 'ਚ ਸਾਡੀ ਰਾਣੀ ਹੈ ਨਹੀਂ ਸੁਮੰਤਰ ਹੋ ਗਿਆ ਭਾਈ ਆ ਸਾਨੂੰ ਤਾਂ ਕੁਝ ਦੱਸੋ ਰਾਣੀ ਗਈ ਕਿੱਥੇ ਭਲਾ ਰਾਣੀ ਜਰਾ ਆ ਗਈ ਜੇ ਆ ਚਾਚੂ ਰਾਣੀ ਕਾਰ ਏ ਭਾਈ ਆ ਰਾਣੀ ਆ ਗਈ ਜੇ ਹੁਣ ਹੈ ਵੈਸੇ ਓਕੇ ਨਾ ਅਜੇ ਤੱਕ ਵੇਖ ਲੋ ਭਾਈ ਆ ਇੱਥੇ ਜਰਾ ਰਾਣੀ ਸਹੀ ਕਰਵਾਉਣ ਆਏ ਹਾਂ ਤੇ ਸਬਸਕ੍ਰਾਈਬਰ ਆ ਗਏ ਕੀ ਹਾਲ ਭਾਈ ਠੀਕ ਹੋ ਭਾਈ ਯਾਰ ਰਾਣੀ ਦਾ ਜਿਹੜਾ ਕੰਪਿਊਟਰ ਕੀਤਾ ਏ ਤੇ ਹੁਣ ਅੱਗੇ ਨਾਲ ਠੀਕ ਏ ਅੱਗੇ ਨਾਲ ਫਰਕ ਏ ਤੇ ਅੱਲਾ ਖੈਰ ਕਰੇ ਹੁਣ ਇੰਜੀ ਰਹੇ ਨਹੀਂ ਤੇ ਰੁਪਈਆ ਲੱਖ ਲਾਉਣਾ ਪੈ ਜਾਣਾ ਮਤਲਬ ਜਿੰਨੀ ਕੋਸ਼ਿਸ਼ ਹੋ ਸਕਦੀ ਸੀ ਨਾ ਸਾਰੀ ਕੋਸ਼ਿਸ਼ ਕੀਤੀ ਹੈ ਭਾਈ ਹੋਰਾਂ ਨੇ ਭਾਈ ਹੋਰ ਕਹਿੰਦੇ ਜੇ ਹੁਣ ਵੀ ਦੁਬਾਰਾ ਉਹ ਮਸਲਾ ਕਰਦੇ ਫਿਰ ਕੇਟੀ ਚੇਂਜ ਹੋਏਗੀ ਤੇ ਉਹਨਾਂ ਚੋਂ ਜਿਹੜਾ ਨਾ ਸਾਡੇ ਸਬਸਕ੍ਰਾਈਬਰ ਮਿਲਣ ਆ ਗਏ ਵਾਲੇਕੁਮ ਸਲਾਮ ਭਾਈ ਮੈਂ ਆਪਕਾ ਬਹੁਤ ਬੜਾ ਫੈਨ ਹੂੰ ਤੀਨ ਦਿਨ ਹੋ ਗਏ ਆਪ ਕੋ ਹਜ਼ਾਰੋਂ ਮਿਲਣੇ ਟਿਊਸ਼ਨ ਦੇ ਮੈਂ ਸੁੱਧੇ ਤੇ ਅਕੈਡਮੀ ਤੇ ਜਾਣਾ ਬਜੇ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਵੀ ਪਤਾ ਤੋ ਕੱਲ ਮੇਰਾ ਦੋਸਤ ਆ ਰੋ ਬੈਲ ਔਰ ਮੇਰਾ ਇੱਕ ਹੋਰ ਫਰੈਂਡ ਹੈ ਸ਼ਾਨਦੇਵ ਸਾਡੇ ਵਾਲੀ ਗੱਡੀ ਤੇ ਫਿੱਟ ਕਰ ਦਿੱਤੀ ਹੈ ਮਤਲਬ ਉਹ ਫਿਲਹਾਲ ਤੇ ਓਕੇ ਵੇ ਬਾਕੀ ਚਾਚੂ ਹੋਰਾਂ ਵਾਲੀ ਗੱਡੀ ਦੀ ਕਿੱਟ ਕੱਢ ਕੇ ਉਧਰ ਲਾਈ ਸੀ ਤੇ ਉਹ ਓਕੇ ਹੋ ਗਈ ਹੁਣ ਵਾਪਸ ਇਧਰ ਲਾਈਏ ਮੇਰੀ ਗੱਡੀ ਹੈਗੀ ਫਿੱਟ ਉਹ ਭਾਈ ਮਿਹਰਬਾਨੀ ਤੁਹਾਡੇ ਭਾਈ ਮਿਹਰਬਾਨੀ ਆ ਪੀਪਾ ਜਾ ਪਰਾਂ ਲਾਈਓ ਮੈਂ ਲੱਤ ਮਾਰ ਪਰਾਂ ਸੁੱਟ ਜਾਣਾ ਉਹ ਜਿਹੜਾ ਖਰਾਬ ਹੋਇਆ ਸੀ ਹੁਣ ਕਰ ਸਕਣਾ ਗੱਲ ਕਿ ਨਹੀਂ ਕਰ ਸਕਣਾ ਹੁਣ ਸਹੀ ਹੋ ਗਿਆ ਲਾਇਆ ਚੁੱਕੇ ਤੂੰ ਬਦਵਾ ਦੇ ਰਹੀ ਫੇਰ ਖਰਾਬ ਉਹ ਬਦਵਾ ਨਾ ਦੇ ਹੋ ਗਿਆ ਪੀਪਾ ਸਟਾਰਟ ਪੀਪਾ ਨਹੀਂ ਗੱਡੀ ਕਾ ਉਹ ਗੱਡੀ ਲਾਇਓ ਪੜਾ ਛਾਪੜ ਚਾਰੇ ਨੇ ਵੇਖਾਂ ਐ ਵੇ ਇਹ ਗੱਡੀ ਲਈ ਫਿਰਦੇ ਪੀਪਾ ਜਿਆ ਅੱਛਾ ਰਾਣੀ ਉਹਨੂੰ ਕਹਿੰਦੇ ਰਾਣੀ ਵੇਖੇ ਰਾਣੀ ਕਿਵੇਂ ਮੁਤਮੇ ਨਾ ਹੋ ਖਲੋਤੀ ਸੀਰੀਅਸ ਹੋ ਕੇ ਬਸ ਉਹ ਰੁਪਈਆ ਲੱਖ ਨਾਲ ਲਵਾ ਰਹੇ ਬਾਕੀ ਗੱਲ ਓਕੇ ਆ ਉਹ ਲੋਕੋ ਵੇਖੋ ਇੱਧਰ ਵੇਖੋ ਗੱਡੀਆਂ ਲੱਖਾਂ ਦੀਆਂ ਤੇ ਚਾਰਜਰ ਵੀਆਂ ਵਾਲਾ ਅਸੀਂ ਬੈਟਰੀ ਚਾਰਜ ਕਰੀ ਅਸੀਂ ਪੈਸੇ ਨਹੀਂ ਸ਼ੋ ਕਰਾਣੇ ਚਾਰਜਰ ਵੀ ਚੰਗਾ ਰੱਖ ਲੈਂਦਾ ਵਿੱਚ ਭਾਈ ਆ ਗੱਡੀਆਂ ਦੋਵੇਂ ਓਕੇ ਹੋ ਗਈਆਂ ਨੇ ਹੁਣ ਪਹਿਲਾਂ ਚਾਚੂ ਹੋਰਾਂ ਵਾਲਾ ਪੀਪਾ ਕਢਾਈਏ ਬਾਹਰ ਫਿਰ ਉਹ ਤੋਂ ਬਾਅਦ ਆਪਣੀ ਰਾਹ ਨਿਕਲਾਂਦੇ ਹਾਂ ਉਹ ਪੀਪੇ ਨੂੰ ਬੈਕ ਕਰੋ ਜੀ ਸ਼ਾਬਾਸ਼ ਆਉਣ ਦਿਓ ਪੀਪਾ ਪਿੱਛੇ ਭਾਈ ਆ ਸਾਨੂੰ ਤਕਰੀਬਨ 10 ਦਿਨ ਹੋ ਗਏ ਨੇ ਇੱਥੇ ਆਉਂਦਿਆਂ ਤੇ ਮੁੰਡੇ ਜਿਹੜੇ ਨੇ ਸਾਰੇ ਵਾਕਫ ਹੋ ਗਏ ਨੇ ਹੁਣ ਸਾਰਿਆਂ ਨੇ ਜਾਣ ਲੱਗੇ ਨੇ ਸਲਾਮ ਦੁਆ ਲੈ ਕੇ ਫਿਰ ਜਾਂਦੇ ਆ ਲੁੱਕ ਗਏ ਨੇ ਪਤਾ ਲੱਗ ਗਿਆ ਜੇ ਪਿੰਡੂ ਆ ਗਏ ਡਰ ਗਏ ਨੀ ਫੜੋ ਹਾਂ ਇਹਨਾਂ ਨੂੰ ਕਿੱਥੇ ਗਏ ਨੀ ਠੀਕ ਹੈ ਭਾਈ ਆ ਜੇ ਕੋਈ ਗਲਤੀ ਹੋਈ ਹੋਏ ਜਾਂ ਕੋਈ ਗੱਲ ਬੁਰੀ ਲੱਗੀ ਹੋਏ ਤੇ ਮਾਜ਼ਰਤ ਦਿਲੋਂ ਮਾਜ਼ਰਤ ਭਾਈ ਆ ਹੁਣ ਤੁਸੀਂ ਆਪ ਹੀ ਦੱਸਿਓ ਚਾਚੂ ਨੇ 1.5 ਲੱਖ ਲਾਇਆ ਹੈ ਫਿਰ ਵੀ ਰਾਣੀ ਸਾਡੀ ਸੋਹਣੀ ਲੱਗਦੀ ਹੈ ਉਹ ਅਨਲੱਕ ਕਰੋ ਆ ਪੀਪਾ ਮੈਂ ਉੱਧਰ ਪੈ ਜਾਂਦਾ ਵਾਂ ਗੱਡੀ ਲਾ ਕੇ ਪੇ ਕਰਦੇ ਜਿਵੇਂ ਮੈਂ ਇਕੱਲਾ ਆਇਆ ਵਾਂ ਹਾਂਜੀ ਹੁਣ ਲੱਗ ਕੀਤੀ ਹੈ ਮੌਂਜੀ ਡਰਾਉਣ ਵਾਸਤੇ ਆਇਆ ਮੈਂ ਕਿਹਾ ਮੈਂ ਆਪਣੀ 'ਚ ਬਹਿ ਜਾਂਗਾ ਡਰਾਵਾ ਤਾਂ ਹੈ ਨਾ ਉਹ ਵੇਖੋ ਚਾਚਾ ਤੰਗ ਕਰਦਾ ਜੀ ਵੇਖੋ ਆ ਮੈਂ ਤਰੋੜ ਛੱਡਣਾ ਫਿਰ ਤੁਸੀਂ ਵੇਖਣਾ ਖੁੱਲ ਗਿਆ ਜੀ ਤੁਸੀਂ ਕਰਦੇ ਤੰਗ ਅੱਛਾ ਤੁਹਾਡਾ ਮੈਂ ਕਰ ਲੈਣਾ ਹੱਲ ਹੈਲੋ ਉਹ ਜਾਣਾ ਜੀ ਸਵਿਮਿੰਗ ਪੂਲ 'ਚ ਜਾਣਾ ਜੀ ਫਿਰ
ਭਾਈ ਆਹ ਹੁਣ ਜਾਣਾ ਅਸੀਂ ਘਰ ਚੱਲੇ ਹਾਂ ਤੇ ਚਾਚੋੜੀ ਆ ਜਾਣੀ ਤੇ ਮੈਂ ਕਿਹਾ ਇਹਨਾਂ ਨੂੰ ਜਾਣਾ ਸਲਾਈਡ ਵਾਲੇ ਸਵਿਮਿੰਗ ਪੂਲ ਚਲੋ ਨਵਾ ਦਈਏ ਇਹਨਾਂ ਨੂੰ ਚਲੋ ਬਹਾਨੇ ਨਾਲ ਮੈਂ ਵੀ ਨਹਾਵਾਂਗਾ ਈਦ ਦਾ ਨਹਾਤਾ ਵਾਂ ਸਲਾਈਡ ਵਾਲੇ ਸਵਿਮਿੰਗ ਪੂਲ ਚ ਨਵਾਵਾਂਗਾ ਸਲਾਈਡ ਸਵਿਮਿੰਗ ਪੂਲ ਚ ਨਾਲ ਲੱਗਦਾ ਤੂੰ ਵੀ ਨਹਾਵੇਂਗਾ ਕਿਉਂਕਿ ਤੂੰ ਤਾਂ ਨਹਾਉਂਦਾ ਈਦ ਬੱਕਰਾ ਈਦ ਤਾਂ ਤੇ ਮੈਂ ਕਿਹਾ ਚਲੋ ਬਹਾਨੇ ਨਾਲ ਮੈਂ ਵੀ ਨਹਾਵਾਂਗਾ ਨਾ ਤੂੰ ਤੁਹਾਨੂੰ ਜਿਹੜਾ ਸਵਿਮਿੰਗ ਪੂਲ ਖਾ ਲਿਆਉਂਦੇ ਆ ਭਾਈ ਆਹ ਸੂਰਜ ਜਿਹੜਾ ਡੁੱਬਣ ਵਾਲਾ ਤੇ ਅਸੀਂ ਹੁਣ ਸਵਿਮਿੰਗ ਪੂਲ ਚ ਜਾਣ ਡੇ ਆ ਠੰਡ ਵੀ ਲੱਗਣੀ ਚੰਗੀ ਚਾਚੂ ਹੋਰਾਂ ਨੇ ਜਿਹੜਾ ਨਾ ਕੱਲ੍ਹ ਤੁਰ ਜਾਣਾ ਹੈ ਤੇ ਕੱਲ੍ਹ ਸ਼ਾਮ ਟਾਈਮ ਤੇ ਮੈਂ ਕਿਹਾ ਕੱਲ੍ਹ ਕੀ ਪਤਾ ਟਾਈਮ ਲੱਗੇ ਨਾ ਲੱਗੇ ਚਲੋ ਅੱਜ ਇਹਨਾਂ ਨੂੰ ਨਵਾ ਲੈਂਦੇ ਹਾਂ ਭਾਈ ਆਹ ਸਵਿਮਿੰਗ ਪੂਲ 'ਚ ਅਸੀਂ ਉੱਪਰ ਗਏ ਹਾਂ ਹੁਣ ਐਂ ਨਹੀਂ ਪਤਾ ਸਵਿਮਿੰਗ ਪੂਲ ਖੁੱਲ੍ਹਾ ਜਾਂ ਬੰਦ ਹੈ ਕਿਉਂਕਿ ਇੱਥੇ ਬੰਦਾ ਇੱਕ ਵੀ ਨਹੀਂ ਹੈ ਹੈਲੋ ਜੀ ਭਾਈ ਆ ਰਾਣੀ ਸਾਡੀ ਆ ਗਈ ਬਸ ਆ ਜਾਓ ਮਾਮੂ ਆ ਜਾਓ ਭਾਈ ਆਹ ਸਵਿਮਿੰਗ ਪੂਲ 'ਚ ਅਸੀਂ ਉੱਪਰ ਗਏ ਹਾਂ ਅਤੇ ਸਵਿਮਿੰਗ ਪੂਲ 'ਚ ਕੋਈ ਬੰਦਾ ਬਛੜ ਨਹੀਂ ਇਕੱਲੇ ਅਸੀਂ ਆਏ ਫੁੱਲ ਨਜ਼ਾਰੇ ਬੁੱਕ ਕਰਾ ਲਿਆ ਸਵਿਮਿੰਗ ਪੂਲ ਬੁੱਕ ਕਰਾ ਲਿਆ ਪਾਣੀ ਚੈੱਕ ਕਰੋ ਕਿੰਨਾ ਸਾਫ਼ ਹੈ ਥੱਲੇ ਸਾਫ਼ ਪੱਥਰ ਲੱਭਦਾ ਪਿਆ ਭਾਈ ਆ ਸਵਿਮਿੰਗ ਪੂਲ ਜਾਣਾ ਅਸੀਂ ਬੁੱਕ ਕਰਾ ਰਹੇ ਹਾਂ ਤੁਹਾਨੂੰ ਪਤਾ ਪੈਸੇ ਦੀ ਟੈਨਸ਼ਨ ਨਹੀਂ ਹੈ ਟੈਨਸ਼ਨ ਤਾਂ ਉਹਨਾਂ ਨੂੰ ਹੋਏ ਨਾ ਜਿਹਨਾਂ ਕੋਲ ਹੈ ਪੈਸਾ ਬਾਕੀ ਸਾਨੂੰ ਤਾਂ ਟੈਨਸ਼ਨ ਹੀ ਨਹੀਂ ਹੈ ਪੈਸੇ ਦੀ ਚੈੱਕ ਕਰੋ ਪੂਰਾ ਸਵਿਮਿੰਗ ਪੂਲ ਬੁੱਕ ਕਰਾਇਆ ਕੋਈ ਬੰਦਾ ਬਛੜ ਨਹੀਂ ਹੁਣ ਮੈਨੂੰ ਪਤਾ ਤੁਹਾਡੇ ਸਾਰਿਆਂ ਦੇ ਦਿਲ 'ਚ ਇੱਕੋ ਹੀ ਸਵਾਲ ਹੋਏਗਾ ਕਿੰਨੇ ਦਾ ਬੁੱਕ ਕਰਾਇਆ ਭਾਈ ਆ ਬਹੁਤੇ ਨਹੀਂ ਪੈਸੇ ਲਏ ਹੋ ਮਤਲਬ ਵੀ ਆਪਣੇ ਦੋਸਤੀ ਨੇ ਬਸ 50,000 ਰੁਪਇਆ ਲੱਗਿਆ ਬੁੱਕ ਕਰਾਉਣ ਦਾ ਅਤੇ ਸਾਰੀ ਦਿਹਾੜੀ ਆਪਣਾ ਜਿਵੇਂ ਚਿਰ ਰਾਤ ਨਾ ਪਏਗੀ ਹਨੇਰਾ ਨਾ ਪਏਗਾ ਆਪਣਾ ਸਵਿਮਿੰਗ ਪੂਲ ਅਤੇ ਬਸ 50,000 ਰੁਪਇਆ ਲਿਆ ਸਸਤਾ ਹੀ ਹੈ ਚਾਚੂ ਜੀ ਕਦੀ ਸਵਿਮਿੰਗ ਪੂਲ ਬੁੱਕ ਕਰਾ ਕੇ ਨਹਾਤੇ ਹੋ ਸਵਿਮਿੰਗ ਪੂਲ ਬੁੱਕ ਕਦੀ ਬੁੱਕ ਕਰਵਾਈ ਦਾ ਇੱਕ ਬੱਸ ਜਿਹੜੀ ਸੀਟ ਬੁੱਕ ਕਰਵਾਈ ਬੁੱਕ ਮਤਲਬ ਕਿ ਸਾਡੇ ਤੋਂ ਇਲਾਵਾ ਕੋਈ ਹੋਰ ਨਹੀਂ ਇੱਥੇ ਨਹਾ ਸਕੇਗਾ ਕੁਦਰਤੀ ਨਹੀਂ ਹੈਗਾ ਕੋਈ ਕੁਦਰਤੀ ਨਹੀਂ ਬੁੱਕ ਕਰਾਇਆ ਯਾਰ ਯਾਰ ਕੱਪ ਮੋਹਣੀ ਤੂੰ ਵੀਡੀਓ ਵਿੱਚ ਬਿਸਤੀ ਕਰਨ ਦੇ ਚਲੋ ਜ਼ੇਬਰੇ ਵੀ ਸਵਿਮਿੰਗ ਪੂਲ ਬੁੱਕ ਕਰਵਾਇਆ ਹਾਂਜੀ ਮਾਮੂ ਆਪ ਦੱਸ ਬੁੱਕ ਕਰਾਇਆ ਆਪ ਕਿੰਨੇ ਪੈਸੇ ਲਾਏ ਨੇ 50,000 ਸੁਣ ਲਈ ਮੇਰੀ ਗੱਲ ਫਿਰ ਠੀਕ ਹੈ ਤੁਸੀਂ ਵੱਡੇ ਬੰਦੇ ਤੁਹਾਡੇ ਕੋਲ ਝੂਠ ਮਰਵਾਣਾ ਬਾਕੀ ਭਾਈ ਆ ਟੈਨਸ਼ਨ ਨਹੀਂ ਤੁਸੀਂ ਲੈਣੀ ਸਾਫ਼ ਪਾਣੀ ਹੈ ਮੈਂ ਤਾਂ ਪਾਣੀ ਵੇਖ ਕੇ ਖੁਸ਼ ਹੋ ਗਿਆ ਮੇਰਾ ਵਿੱਚ ਵਰਨ ਦਿਲ ਨਹੀਂ ਕਰਨਾ ਮੈਂ ਵਿੱਚ ਵਰਿਆ ਗੰਦਾ ਹੋ ਜਾਣਾ ਪਾਣੀ ਛਾਲ ਵੇਖੀ ਜਾਏਗੀ ਜਿਹੜੀ ਅੱਜ ਹੋਏਗੀ ਓਏ ਸਾਫ਼ ਪਾਣੀ ਮੈਂ ਮਜੇ ਓਏ ਓਏ ਚੈੱਕ ਕਰ ਤੈਰੀ ਮਾਮੂ ਹੋਰੀ ਕਲਮ ਕਲੇ ਨਾ ਆਂਡੇ ਨੇ ਮੈਂ ਛਾਲ ਮਾਰੂ ਕਿਆ ਇਸ ਪਾਸੇ ਪਾਣੀ ਡੂੰਘਿਆ ਵੇਖਿਓ ਨਹੀਂ ਮਜ਼ਾ ਚੱਲ ਮਾਰੋ ਛਾਲ ਜਲਦੀ ਕਰੋ ਮਾਰੋ ਛਾਲ ਯਾਰ ਉਹ ਚਾਚੂ ਡਰ ਗਏ ਉੱਤੇ ਜਾ ਕੇ ਓਏ ਚਾਚੂ ਡਰ ਹੀ ਗਿਆ ਜ਼ੇਬ ਦੇ ਚਾਚੂ ਦੀ ਲੱਗੀ ਸ਼ਰਤ ਇਸ ਸਾਈਡ ਤੋਂ ਛਾਲ ਮਾਰ ਕੇ ਟੁੱਬੀ ਮਾਰ ਕੇ ਅਗਲੀ ਸਾਈਡ 'ਤੇ ਪਹਿਲਾਂ ਖੂਨ ਜਾਂਦਾ ਹੁਣ ਲੱਗੇ ਨੇ ਛਾਲ ਮਾਰਨ ਬਾਈ ਖਾਣ ਤੂੰ ਵੀ ਮੁਕਾਬਲੇ 'ਚ ਹਿੱਸਾ ਲੈਣਾ ਖਾਣ ਸਾਰਿਆਂ ਅੱਗੇ ਜਾਂਦਾ ਪਿਆ ਖਾਣ ਤੁਹਾਡੇ ਸਾਰਿਆਂ ਨੂੰ ਅੱਗੇ ਵੇ ਖਾਨ ਤੁਹਾਡੇ ਸਾਰਿਆਂ ਨੂੰ ਅੱਗੇ ਵੇ ਚਾਚਾ ਤਾਂ ਵਿਚਾਰਾ ਪਿੱਛੇ ਹੀ ਰਹਿ ਗਿਆ ਥੱਲੇ ਨਹੀਂ ਉੱਪਰ ਗਿਆ ਮੈਂ
ਕਿਤੇ ਜ਼ਹੇਬ ਤੇ ਜ਼ਹੇਬ ਦਾ ਚਾਚਾ ਦੋਵੇਂ ਜ਼ਹੇਬ ਅੱਗੇ ਹੁਣ ਆ ਗਈ ਦਰਾਵਰ ਸਿੰਘ ਦੀ ਵਾਰੀ ਖਾਨ ਤੇ ਮਾਮਾ ਜ਼ਹੇਬ ਤੇ ਮਾਮਾ ਦੋਵੇਂ ਲੱਗੇ ਨੇ ਹੁਣ ਦਰਾਵਰ ਸਿੰਘ ਨੇ ਨਿੱਕੀ ਭੂਤ ਚੜ੍ਹ ਕੇ ਮਾਰਨ ਲੱਗਾ ਇਹ ਛਾਲ ਜ਼ਹੇਬ ਇੱਥੇ ਉੱਚੇ ਪੁਲ ਤੇ ਚੜ੍ਹ ਗਿਆ ਜਾਵੇ ਇੱਥੋਂ ਮਾਰੇਗਾ ਛਾਲ ਥੱਲੇ ਭਾਈਆ ਸ਼ਾਮ ਦੀ ਜਾਣ ਤੱਕ ਜਿਹੜਾ ਨਾ ਸਵਿਮਿੰਗ ਪੂਲ ਅਸੀਂ ਬੁੱਕ ਕਰਾਇਆ ਸੀ ਬਾਕੀ ਹੁਣ ਸ਼ਾਮ ਦੀ ਜਾਣਾ ਹੋ ਗਈਆਂ ਨੇ ਅਤੇ ਅਸੀਂ ਹੁਣ ਚੱਲੀਏ ਘਰ ਨੂੰ ਵਾਪਸ ਸਵਾਦ ਆ ਗਿਆ ਭਾਈਆ ਰਾਣੀ ਅਤੇ ਪੀਪਾ ਜਿਹੜਾ ਨਾ ਦੋਵੇਂ ਬਾਹਰ ਖਲੋਤੇ ਹੁੰਦੇ ਹੁਣ ਚੱਲੀਏ ਘਰ ਨੂੰ ਅੱਬੂ ਅਤੇ ਮਾਮੂ ਜਿਹੜਾ ਰਾਣੀ 'ਤੇ ਚੱਲੇ ਨੇ ਅਤੇ ਮੈਂ ਚਾਚਾ ਹੋਰਨਾ ਚੱਲਾਂ ਵਾਂ ਪੀਪੇ 'ਚ ਚਾਚਾ ਹੋਰਨਾ ਜ਼ਰਾ ਗੱਪਾਂ ਛੱਪਾਂ ਮਾਰ ਲੈਣਾ ਮੈਂ ਰਾਹ ਜਾਂਦੇ ਹਾਂ ਅੱਬੂ ਹੋਰੀ ਤੁਰ ਪਏ ਜੇ ਅਸੀਂ ਵੀ ਹੁਣ ਤੁਰੀਏ ਅਸਲਾਮ ਅਲੈਕੁਮ ਚਾਚੂ ਸੱਚੀ ਦੱਸਣਾ ਇੰਨਾ ਮਜ਼ਾ ਕਦੀ ਆਇਆ ਇੱਕ ਵਾਰੀ ਬਹਾਵਲਪੁਰ ਆਇਆ ਸੀ ਬਹਾਵਲਪੁਰ ਗਏ ਉਹ ਸਲਾਈਡ ਵਾਲਾ ਸੀ ਉਹ ਵੀ ਉਹ ਵੱਡੀ ਸਲਾਈਡ ਸੀ ਇੰਨਾ ਮਜ਼ਾ ਤੇ ਨਹੀਂ ਆਇਆ ਜਿੱਡੀ ਮਰਜ਼ੀ ਵੱਡੀ ਸਲਾਈਡ ਸੀ ਬੁੱਕ ਤਾਂ ਜਿੰਨੀ ਸੀ ਨਾ ਕਰਾਇਆ ਬੁੱਕ ਨਹੀਂ ਸੀ ਕਰਾਇਆ ਕਿਸੇ ਨੇ ਤੰਗ ਨਹੀਂ ਕੀਤਾ ਖੁੱਲ੍ਹਾ ਆਪਣੇ ਮਜ਼ੇ ਨਾਲ ਛਾਲਾਂ ਮਾਰੀਆਂ ਕੋਈ ਡਿਸਟਰਬ ਨਹੀਂ ਕੀ ਖਿਆਲ ਹੈ ਅਸੀਂ ਹੁਣ ਜਾਣਾ ਨਾ ਆਪਣੇ ਪਿੰਡ ਉੱਪਰ ਗਿਆ ਜੀ ਫਿਰ ਭਾਈਆ ਸਾਡੇ ਪਿੰਡ ਆਉਂਦਿਆਂ ਹਨੇਰਾ ਵੀ ਪੈ ਗਿਆ ਸਹੀ ਤਰ੍ਹਾਂ ਆ ਜਾ ਨੀ ਰਾਣੀ ਹੈ ਘਰ ਔਂਤਰੀਏ ਜੀ 10-15 ਦਿਨ ਹੋ ਗਏ ਨੇ ਘਰੋਂ ਬਾਹਰ ਫਿਰਨ ਨਹੀਂ ਤੈਨੂੰ ਅਕਲ ਹੀ ਨਹੀਂ ਹੈ ਭਾਈਆ ਸਵਿਮਿੰਗ ਪੂਲ ਨਹਾਉਣ ਗਏ ਹੈ ਤੇ ਉੱਧਰ ਚੈੱਕ ਕਰੋ ਤਰਾ ਕਮੀਜ਼ ਉੱਧਰ ਸਲਵਾਰ ਇੱਧਰ ਕਮੀਜ਼ ਉੱਧਰ ਸਲਵਾਰ ਉੱਧਰ ਇਹ ਸਟਾਈਲ ਭਾਈਆ ਇਸ ਟਾਈਮ ਨਾ ਮੈਂ ਹੁਣ ਦੱਸ ਰਹੀ ਕਿਤੇ ਸਟੇਅਰਿੰਗ 'ਚ ਬੈਠਾ ਵਾਂ ਮੈਨੂੰ ਝਾਕਾ ਲੱਗਦਾ ਯਾਰ ਡਰਾਨ ਵੱਲੋਂ ਬਾਕੀ ਹੋਰ ਗੱਲ ਕੋਈ ਨਹੀਂ ਮੈਂ ਚਲਾਨ ਚਲੂਨ ਨਹੀਂ ਡਿਆ ਬਸ ਐਵੇਂ ਬੈਠਾ ਵਾਂ ਬੋੜੀ ਜਰਾ ਘੈਂਟ ਡੱਬਾ ਕੱਢ ਕੇ ਰਾਣੀ ਨੂੰ ਅੰਦਰ ਮਾਰਨ ਲੱਗੇ ਨਾ ਅਤੇ ਉਹਨਾਂ ਚਿਰ ਜਰਾ ਮੈਂ ਬਹਿ ਕੇ ਆਪਣੇ ਸ਼ੌਕ ਪੂਰੇ ਕਰਨ ਡਿਆ ਭਾਈਆ ਆਪੀ ਜਾ ਸਿੱਖਣੇ ਯਾਰ ਦੀ ਕਿਤੇ ਵਿਹਲਿਆਂ ਹੋ ਕੇ ਨਾ ਟਾਈਮ ਕੱਢ ਕੇ ਜਾ ਸਿੱਖਣੇ ਦੀ ਆ ਗਏ ਨੇ ਮਾਲਕ ਲਾਹ ਲੱਗੇ ਨੇ ਥੱਲੇ ਆ ਜਾ ਬਾਹਰ ਬਸ ਬਸ ਬਥੇਰੇ ਦੇਰ ਬਹਿ ਲਿਆ ਯਾਰ ਤੁਹਾਡਾ ਸੂਟ ਬੜਾ ਪਿਆਰਾ ਲੱਗ ਰਿਹਾ ਮਾਸ਼ਾਅੱਲਾ ਤੁਹਾਨੂੰ ਬਸ ਸੋਹਣਾ ਲੱਗਦਾ ਚਿੱਟੀ ਸਲਵਾਰ ਤੇ ਉੱਤੇ ਹੈ ਤੇ ਭਾਈਆ ਇਸ ਸਾਡਾ ਅੱਜ ਦਾ ਵਲੋਗ ਜੇ ਤੁਹਾਨੂੰ ਚੰਗਾ ਲੱਗੇ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਆਪਣੇ ਦੋਸਤਾਂ ਨਾਲ ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜ਼ਿੰਦਗੀ ਰਖ ਮੈਨੂੰ ਅਗਲੀ ਵੀਡੀਓ ਅੱਲਾ ਹਾਫਿਜ਼